ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬੜੇ ਚਿਰ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਜਦੋਂ ਦੀ ਉਹ ਦੁਖਦਾਈ ਸਿੱਧੂ ਮੂਸੇਵਾਲਾ ਜਿਹਾ ਮਰਡਰ ਹੋਇਆ ਕਿ ਕਿਸ ਤਰ੍ਹਾਂ ਇਹ ਸਾਰੀ ਪਲੈਨਿੰਗ ਜੇਲ੍ਹਾਂ ਚ ਹੋਈ। ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਸਪਸ਼ਟ ਹੀ ਹੋਗੀ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਲਾਰੈਂਸ ਬਿਸ਼ਨੋਈ ਐਂਡ ਗੈਂਗ ਨੇ ਜਦ ਪਲੈਨ ਕੀਤਾ, ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ ਚ, ਉਹਨਾਂ ਦੇ ਥੱਲੇ ਜਿਹੜੇ ਪ੍ਰਬੰਧਾਂ ਹੇਠ ਜੇਲ੍ਹਾਂ ਚੱਲਦੀਆਂ ਨੇ, ਉੱਥੋਂ ਇਹ ਸਾਰਾ ਕੁਝ ਪਲੈਨ ਹੋਇਆ। ਫਿਰ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਹੋਈ ਕਿ ਉਹਨਾਂ ਨੇ ਬੜੀ ਬੜੀ ਬੇਬਾਕੀ ਨਾਲ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਹਦੇ ਚ ਉਹਨੇ ਇੱਕ ਟੀਵੀ ਚੈਨਲ ਨੂੰ ਆਪਦਾ ਇੰਟਰਵਿਊ ਦਿੱਤਾ, ਔਰ ਉਸ ਇੰਟਰਵਿਊ ਨੂੰ ਬੜੀ ਚਰਚਾ ਹੋਈ। ਲੋਕਾਂ ਨੇ ਕਿਹਾ ਕਿ ਕਮਾਲ ਹੋ ਗਈ, ਜਿਹੜਾ ਪੰਜਾਬ ਦੀ ਜੇਲ੍ਹ ਚ ਬੰਦ ਹੋਵੇ ਜਾਂ ਪੰਜਾਬ ਚ ਪੁਲਿਸ ਰਿਮਾਂਡ ਚ ਹੋਵੇ ਉਹਦੀ ਇੰਟਰਵਿਊ ਕਿਵੇਂ ਆ ਸਕਦੀ ਹੈ। ਡੀਜੀਪੀ ਸਾਹਿਬ ਨੇ, ਪੰਜਾਬ ਪੁਲਿਸ ਨੇ ਉਸ ਵੇਲੇ ਇਹ ਸਪਸ਼ਟੀਕਰਨ ਦਿੱਤਾ ਕਿ ਨਹੀਂ, ਇਹਦਾ ਹੁਲੀਆ ਦੇਖੋ, ਇਹਦੇ ਕੱਪੜੇ ਵੇਖੋ, ਇਹਦੀ ਦਾੜੀ ਬਹੁਤ ਵਧੀ ਹੋਈ ਹੈ ਔਰ ਇਹ ਇੱਥੋਂ ਦੀ ਨਹੀਂ, ਇਹ ਪੁਰਾਣੀ ਹੈ। ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜਿਹਦੇ ਚ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇ ਗਏ ਉਸੇ ਹੁਲੀਏ ਤੇ ਕੱਪੜਿਆਂ ਚ ਇੱਕ ਫੇਰ ਇੰਟਰਵਿਊ ਆ ਜਾਂਦੀ। ਇਹਦੇ ਨਾਲ ਸਪਸ਼ਟ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ ਦੀਆਂ ਜੇਲ੍ਹਾਂ ਚ ਬਹਿ ਕੇ ਹੋ ਰਹੀ ਹੈ। ਚਲੋ, ਇੱਕ ਭਗਵੰਤ ਮਾਨ ਨੇ ਆਪਦੀ ਜਾਨ ਬਚਾਉਣੀ ਸੀ ਕਿਉਂਕਿ ਉਹ ਹੋਮ ਮਿਨਿਸਟਰ ਵੀ ਨੇ, ਚੀਫ ਮਿਨਿਸਟਰ ਤਾਂ ਹੈਗੀ, ਹੋਮ ਮਿਨਿਸਟਰ ਵੀ ਨੇ ਤੇ ਜੇਲ੍ਹ ਮਿਨਿਸਟਰ ਵੀ ਨੇ। ਉਹਨਾਂ ਨੇ ਕਵਰ ਅਪ ਆਪਰੇਸ਼ਨ ਲਾਂਚ ਕਰਤਾ, 8 ਮਹੀਨੇ ਜਾਂਚ ਚੱਲੀ, ਕੁਛ ਨਹੀਂ ਹੋਇਆ। ਅਖੀਰ ਚ ਹਾਈ ਕੋਰਟ ਨੇ ਇਹ ਕੇਸ ਨੂੰ ਤਲਬ ਕਰ ਲਿਆ, ਸੂ ਮੋਟੋ ਇਹਦੇ ਚ ਐਕਸ਼ਨ ਲੈ ਲਿਆ। ਹੁਣ ਕੱਲ ਪਰਸੋਂ ਦੀ ਇਹ ਖਬਰ ਲੱਗ ਰਹੀ ਹੈ ਜਿਹਦੇ ਚ ਲਿਖ ਲਿਆ ਜਾ ਰਿਹਾ, ਅਨਲਾਈਕਲੀ ਦੈਟ ਬਿਸ਼ਨੋਈ ਵਾਜ ਇੰਟਰਵਿਊਡ ਇਨ ਪੰਜਾਬ ਜੇਲ੍ਹ, ਗਵਰਨਮੈਂਟ ਟੂ ਹਾਈ ਕੋਰਟ। ਮੇਰੀ ਹਾਈ ਕੋਰਟ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੱਜ ਆਨਰੇਬਲ ਜੱਜ ਸਾਹਿਬਾਨਾਂ ਨੂੰ ਕਿ ਜੇਲ੍ਹ ਦੇ ਜਿਹੜੇ ਇਹ SIT ਬਣੀ ਹੈ, ਕਿ ਉਹ ਕਦੇ ਆਪਦੇ ਮੁੱਖ ਮੰਤਰੀ ਨੂੰ ਇੰਡਿਕਟ ਕਰਨਗੇ, ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾਂ ਹੇਠ ਇਹ ਜੀ ਗੱਲ ਹੋਈ ਹੈ। ਇਹ ਕਵਰ ਅਪ ਆਪਰੇਸ਼ਨ ਹੈ, ਹਾਈਲੀ ਅਨਲਾਈਕਲੀ ਲਫ਼ਜ਼ ਵਰਤਿਆ ਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੋਈ, ਇਹ ਤਾਂ ਕਿਹਾ ਨਹੀਂ ਹੋਈ, ਲੱਗਦਾ ਹੈ ਕਿ ਸ਼ਾਇਦ ਨਹੀਂ ਹੋਈ। ਸ਼ਾਇਦ ਔਰ ਨਹੀਂ ਹੋਣੇ ਚ ਬੜਾ ਫਰਕ ਹੈ। ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਜੇ ਇੱਥੇ ਨਹੀਂ ਹੋਈ ਤੇ ਕਿੱਥੇ ਹੋਈ ਦੱਸੋ ਫਿਰ? ਉਸ ਦੇ ਮੈਟਰ ਤੇ ਬਿਲਕੁਲ ਸਾਇਲੈਂਟ ਹੈ। ਇਸ ਲਈ ਇਹ ਤੋਂ ਬੜਾ ਸਪਸ਼ਟ ਹੈ, ਸਿਰਫ ਤੇ ਸਿਰਫ ਹਾਈ ਕੋਰਟ ਚ 20 ਤਰੀਕ ਲੱਗੀ ਆਪਦੀ ਜਾਨ ਬਚਾਉਣ ਤੱਕ ਸੀਮਿਤ ਹੈ। ਸੱਚਾਈ ਸਾਹਮਣੇ ਆਉਣੀ ਚਾਹੀਦੀ ਕਿਉਂਕਿ ਜੇਲ੍ਹਾਂ ਚੋਂ ਬਹੁਤ ਵੱਡੇ ਪੱਧਰ ਤੇ ਐਕਸਟੋਰਸ਼ਨ ਰੈਕਟ, ਟਾਰਗੇਟਿਡ ਕਿਲਿੰਗ, ਡਰੱਗਸ ਦਾ ਵਪਾਰ, ਹਰ ਤਰੀਕੇ ਦਾ ਐਂਟੀ ਨੈਸ਼ਨਲ ਐਲੀਮੈਂਟ, ਬਾਰਡਰ ਇਹ ਸਟੇਟ ਹੈ, ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਜ਼ ਨੇ, ਔਰ ਇਹ ਸਾਰੇ ਪ੍ਰਬੰਧ ਇੱਕ ਫੇਲ ਚੀਫ ਮਿਨਿਸਟਰ, ਇੱਕ ਹੋਪਲੈਸ ਚੀਫ ਮਿਨਿਸਟਰ, ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਹੈ, ਉਹਨਾਂ ਦੇ ਪ੍ਰਬੰਧਾਂ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਾਮੇਡੀਅਨ ਸੀ, ਉਹਨੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ। ਇਸ ਲਈ ਜੇ ਸੱਚਾਈ ਸਾਹਮਣੇ ਲਿਆਉਣੀ ਹੈ, ਇੱਕ ਇੰਡੀਪੈਂਡੈਂਟ ਇਨਕੁਆਇਰੀ ਅੰਡਰ ਆਫਿਸਰਸ ਜਿਹੜੇ ਆਰ ਨਾਟ ਰਿਪੋਰਟਿੰਗ ਟੂ ਦ ਚੀਫ ਮਿਨਿਸਟਰ ਆਫ ਪੰਜਾਬ, ਜਿਹੜੇ ਜਾਂ ਤਾਂ ਉਹ ਇੰਡੀਪੈਂਡੈਂਟ ਏਜੰਸੀ ਹੋ ਜੇ ਜਾਂ ਕੋਈ ਹੋਰ ਸਟੇਟ ਦੇ ਆਫਿਸਰ ਹੋ ਜਾਣ, IPS ਆਫਿਸਰ, ਜਿਨ੍ਹਾਂ ਦੇ ਥੱਲੇ ਇਹ ਇਨਕੁਆਇਰੀ ਹੋਵੇ, ਫੇਰ ਸੱਚ ਸਾਹਮਣੇ ਆਊਗਾ। ਨਹੀਂ ਤਾਂ ਇਹ ਸਿਰਫ ਇੱਕ ਕਵਰ ਅਪ ਹੈ, ਇੱਕ ਵਾਈਟ ਵਾਸ਼ ਹੈ,
ਆਨਰੇਬਲ ਕੋਰਟਸ ਨੂੰ ਮਿਸਲੀਡ ਕਰਨ ਦਾ ਇੱਕ ਬੜਾ ਤਗੜਾ ਇਹਨਾਂ ਦੀ ਇਹ ਸਾਜਿਸ਼ ਹੈ। ਸੋ ਮੈਂ ਆਸ ਕਰੂੰਗਾ, ਉਮੀਦ ਕਰੂੰਗਾ ਕਿ ਆਨਰੇਬਲ ਹਾਈ ਕੋਰਟ ਦੇ ਆਨਰੇਬਲ ਜੱਜ ਸਾਹਿਬਾਨ ਸਮਰੱਥ ਨੇ ਔਰ ਇਸ ਮੈਟਰ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੋ, ਉਹ ਵੀ ਇਹਨਾਂ ਗੱਲਾਂ ਦੇ ਨੋਟਿਸ ਲੈ ਕੇ ਇਹਦੇ ਤੇ ਜੋ ਬਣਦਾ ਐਕਸ਼ਨ ਹੈ ਉਹ ਕਰਨਗੇ, ਸੋ ਦੈਟ ਪੰਜਾਬ ਕੈਨ ਬੀ ਸੇਫ ਐਂਡ ਪੰਜਾਬ ਚ ਸਿਕਿਉਰਿਟੀ ਹੋਵੇ, ਸੇਫਟੀ ਸਿਕਿਉਰਿਟੀ ਹੋਵੇ। ਕਿਉਂਕਿ ਇਹ ਵੀ ਸੱਚਾਈ ਹੈ, ਇੱਕ ਇੱਥੋਂ ਦਾ ਡਿਵੈਲਪਰ ਹੈ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ, ਮਗਰ ਅੱਜ ਕਿਉਂਕਿ ਇਹ ਸੱਚਾਈ ਸਾਹਮਣੇ ਆਉਣੀ ਚਾਹੀਦੀ, ਜਿਹੜੇ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਨੇ ਹੋਮਲੈਂਡ ਵਾਲੇ, ਉਹਨਾਂ ਨੂੰ 10 ਕਰੋੜ ਰੁਪਏ ਦੀ ਫਰੌਤੀ ਆ ਗਈ, ਉਹਨਾਂ ਨੂੰ ਗਨਮੈਨ ਦੇ ਦਿੱਤੇ ਗਏ, ਜਿਹੜਾ ਚੀਫ ਮਿਨਿਸਟਰ ਦੇ ਇੰਨੇ ਨੇੜੇ ਹੈ ਉਹਨੂੰ ਬੁਲਟ ਪਰੂਫ ਗੱਡੀ ਮਿਲ ਜੇ, ਸਿਕਿਉਰਿਟੀ ਮਿਲ ਜੇ, ਮਗਰ ਉਹਨੂੰ ਵੀ ਫੋਨ ਆਉਣ ਤੋਂ, ਜੇਲਾਂ ਤੋਂ ਇਹ ਕਾਰੋਬਾਰ ਨੂੰ ਚਲਾਉਣ ਤੋਂ ਇਹ ਰੋਕ ਨਹੀਂ ਸਕੇ। ਜੇ ਉਹਦੇ ਨਜ਼ਦੀਕੀਆਂ ਦਾ ਇਹ ਹਾਲ ਹੈ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਤੁਸੀਂ ਆਪ ਜਾਣਦੇ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।